ਜਿਨ੍ਹਾਂ ਦੇ ਸਹਿਯੋਗ ਦੇ ਨਾਲ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਿਰਦੇਸ਼ ਦੇ ਨਾਲ ਅੱਜ ਇਹ ਜਿਹੜਾ ਅੰਮ੍ਰਿਤਸਰ ਹਲਕਾ ਵੈਸਟ ਹੈ ਜਿਹਦੀ ਸੇਵਾ ਸੰਭਾਲ ਦਾ ਲੋਕਾਂ ਨੇ ਜਿੰਮਾ ਮੈਨੂੰ ਬਖਸ਼ਿਆ ਔਰ ਅੱਜ ਇਹ ਦਿਵਿਆਂਗ ਮੁਕਤ ਕੈਂਪ ਜਿੰਨੇ ਵੀ ਲੋਕ ਸਾਡੇ ਹੈਂਡੀਕੈਪ ਹੈ ਚਾਹੇ ਉਹਨਾਂ ਦੀਆਂ ਮਸ਼ੀਨਾਂ ਜਾਂ ਆਰਟੀਫਿਸ਼ਲ ਅੰਗ ਲੱਗਣੇ ਔਰ ਸਾਡੇ ਪ੍ਰਸ਼ਾਸਨ ਨੇ ਗੌਰਮੈਂਟ ਦੇ ਨਾਲ ਟਾਈਅਪ ਕਰਕੇ ਔਰ ਐਨ ਜੀ ਓਜ਼ ਦੇ ਨਾਲ ਸਹਿਯੋਗ ਦੇ ਨਾਲ ਇਹ 2 ਕਰੋੜ ਰੁਪਏ ਦੇ ਇਹ ਜਿਹੜੇ ਆ ਇੰਸਟਰੂਮੈਂਟ ਲੋਕਾਂ ਨੂੰ ਲਗਾਏ ਜਾਣਗੇ। ਅੱਜ ਸਾਰੇ ਟੈਸਟ ਕੰਪਲੀਟ ਕਰ ਲਏ ਜਾਣਗੇ। 1 ਮਹੀਨੇ ਤੋਂ ਬਾਅਦ ਫਿਰ ਇਹ ਡਿਸਟ੍ਰੀਬਿਊਸ਼ਨ ਕੈਂਪ ਵੀ ਜਲਦੀ ਲੱਗੇਗਾ। ਹੁਣ ਜਿਹੜਾ ਇਸ ਵੇਲੇ ਹੈ 300 ਤੋਂ ਬਾਅਦ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਬਾਕੀ ਵੀ ਜਿੰਨੇ ਲੋਕ ਹੋਣਗੇ ਅਸੀਂ 0 ਜਿਹੜੇ ਲੇਬਲ ਦੇ ਉੱਪਰ ਜਾਵਾਂਗੇ ਔਰ ਕੋਈ ਵੀ ਇਹ ਵਿਅਕਤੀ ਛੁੱਟੇ ਨਾ ਅਜਿਹਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੋਵੇ ਤਕਲੀਫ ਹੋਵੇ। ਔਰ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਔਰ ਸਾਡੇ ਸਾਰੇ ਕੌਂਸਲਰ ਸਾਡੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਸਾਡੇ ਟੋਟਲ ਦੇ ਟੋਟਲ ਸਾਰੇ ਕੌਂਸਲਰ ਸਾਡੇ ਸਾਥੀ ਔਰ ਸਮਾਜ ਸੇਵਿਕ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਖਾਸ ਕਰਕੇ ਸਾਡੇ SDM ਸ਼ਿਵਰਾਜ ਸਿੰਘ ਬਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਔਰ ਦੂਸਰੇ ਪਾਸੇ ਮੈਂ ਧੰਨਵਾਦ ਕਰਦਾ ਸਕੂਲ ਇਹ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਰੇ ਸਟਾਫ ਦਾ ਕਿ ਉਹਨਾਂ ਨੇ ਸਹਿਯੋਗ ਦਿੱਤਾ। ਨਹੀਂ ਇਹ ਸਾਰੇ ਪਾਸੇ ਲੱਗਣਗੇ ਔਰ ਮੈਂ ਤੁਹਾਨੂੰ ਇਹ ਕਿਹਾ ਕਿ ਅਸੀਂ ਕੋਈ ਵੀ ਅਜਿਹਾ ਵਿਅਕਤੀ ਜਿਹੜਾ ਦਿਵਿਆਂਗ ਹੋਵੇ ਅੰਗਹੀਨ ਹੋਵੇ ਅਸੀਂ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਚੱਲਣ ਦਿਆਂਗੇ। ਅਸੀਂ ਉਹਨਾਂ ਦੀ ਸੇਵਾ ਕਰਾਂਗੇ ਔਰ ਤਮਾਮ ਲੋਕਾਂ ਨੂੰ ਜਿਹੜੇ ਅੰਗ ਹੈ ਉਹ ਲੱਗਣਗੇ। ਸਰ ਜਿਹੜੇ ਦੂਸਰੇ ਲੜਕੇ ਨੇ ਅਜੇ ਕੁਮਾਰ ਕਾਫੀ ਵਿਰੋਧ ਕੀਤਾ ਭਾਈ ਵਰਕਰ ਹੈ ਔਰ ਵਰਕਰ ਕਈ ਵਾਰੀ ਆਪਣੀ ਖੁਆਇਸ਼ ਤੋਂ ਜ਼ਿਆਦਾ ਉੱਪਰ ਉੱਠਦੇ ਹੈ ਲੇਕਿਨ ਸਾਥੀ ਹੈ ਸਮਝਾ ਲਿਆ ਜਾਏ। ਸਰ ਕਾਫੀ ਦੇਰ ਕਿੰਨੀ ਵਾਰੀ ਗਏ ਚੰਡੀਗੜ੍ਹ ਇੱਕ ਵਾਰੀ ਉਹਨਾਂ ਨੇ ਚੰਡੀਗੜ੍ਹ ਦੇ ਬਾਹਰ ਵੀ ਧਰਨਾ ਲਗਾਇਆ ਗਿਆ ਕੱਲੇ ਕੱਲੇ ਮੀਡੀਆ ਦੇ ਨਾਲ ਉਹਨਾਂ ਨੇ ਗੱਲ ਕੀਤੀ ਭਾਈ ਮੈਂ ਇਹਦੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਿਹਾ ਕਿ ਇੱਥੇ ਇਹਦੇ ਨਾਲ ਦਾ 15 ਲੱਖ ਵਰਕਰ ਹੈ ਕਾਂਗਰਸ ਦਾ ਔਰ ਮੈਂ ਤੁਹਾਨੂੰ ਇਹ ਕਿਹਾ ਕਿ ਸਭ ਵਰਕਰਾਂ ਦਾ ਧਿਆਨ ਰੱਖਿਆ ਜਾ ਰਿਹਾ ਔਰ ਉਸ ਨੂੰ ਵੀ ਰੋਟੀ ਰੋਜੀ ਯੋਗਾ ਕੀਤਾ ਹੋਇਆ ਉਹ ਵੀ ਇਸ ਗੱਲ ਨੂੰ ਨਾ ਭੁੱਲੇ।